ਪਰ ਐਸੇ ਬੜੇ ਗੁਰਮੁਖ ਬਾਬਾ ਰਵਿਦਾਸ ਸਾਹਿਬ ਦੇ ਰੂਪ ਦੇ ਵਿੱਚ ਸਨ ਜਿਨ੍ਹਾਂ ਨੂੰ ਉੱਚ ਜਾਤੀ ਲੋਕਾਂ ਨੇ ਆਪਣੇ ਪੈਰਾਂ ਦੇ ਹੇਠਾਂ ਲਤਾੜਿਆ ਹੋਇਆ ਸੀ, ਜਿਨ੍ਹਾਂ ਨੂੰ ਸਾਹ ਤੱਕ ਨਹੀਂ ਸੀ ਲੈਣ ਦਿੱਤਾ ਜਾ ਰਿਹਾ। ਔਰ ਮੈਂ ਜਦੋਂ ਬਾਬਾ ਰਵਿਦਾਸ ਸਾਹਿਬ ਜੀ ਦੀ ਹਿਸਟਰੀ ਨੂੰ ਅੱਜ ਰੀਡ ਕਰ ਰਿਹਾ ਸੀ ਨਾ, ਤੇ ਬੜੀ ਕਮਾਲ ਦੀ ਇੱਕ ਵਿਚਾਰ ਉਹਨਾਂ ਦੀ ਜੀਵਨ ਫਿਲੋਸਫੀ ਵਿੱਚੋਂ ਆਈ ਕਿ ਉਹ ਟਾਈਮ ਇੱਦਾਂ ਦਾ ਸੀ ਜਦੋਂ ਬਾਬਾ ਰਵਿਦਾਸ ਸਾਹਿਬ ਵਰਗੇ ਇੱਕ ਨਹੀਂ ਅਨੇਕਾਂ ਮਹਾਂਪੁਰਖਾਂ ਦਾ ਕਤਲ ਕਰ ਦਿੱਤਾ ਗਿਆ ਸੀ। ਤੇ ਮਨੂ ਜਿਹੜਾ ਸੀ, ਮਨੂ ਦੀ ਸਿਮਰਤੀ, ਭਾਵ ਮਨੂ ਦੀ ਜਿਹੜੀ ਕਿਤਾਬ ਸੀ, ਮਨੂ ਸਿਮਰਤੀ ਉਹਦਾ ਨਾਮ ਹੈ, ਉਹ ਮਨੂ ਸਿਮਰਤੀ ਇੱਕ ਐਸੀ ਕਿਤਾਬ ਹੈ, ਇੱਕ ਐਸਾ ਕੂੜ ਹੈ, ਗੰਧ ਹੈ, ਜਿਹਨੇ ਹਿੰਦੁਸਤਾਨ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਜਿਹੜੇ ਗਰੀਬ ਸਨ ਔਰ ਨੀਵੀਆਂ ਜਾਤਾਂ ਵਾਲੇ ਕਹੇ ਜਾਂਦੇ ਸਨ ਉਹਨਾਂ ਦਾ ਬੜਾ ਬੁਰਾ ਹਾਲ ਕੀਤਾ, ਉਹਨਾਂ ਉੱਤੇ ਬੜਾ ਅਤਿਆਚਾਰ ਕੀਤਾ। ਇੱਕ ਦੋ ਟੂਕ ਮਾਤਰ ਦੇ ਕੇ ਮੈਂ ਬਾਬਾ ਰਵਿਦਾਸ ਸਾਹਿਬ ਦੇ ਸ਼ਬਦ ਵੱਲ ਆ ਜਾਵਾਂ। ਪਹਿਲਾਂ ਬੇਨਤੀ ਕਰ ਦੇਵਾਂ, ਜਿਹੜਾ ਸ਼ਬਦ ਆਪਾਂ ਬਾਬਾ ਰਵਿਦਾਸ ਸਾਹਿਬ ਦਾ ਅੱਜ ਲਿਆ ਹੈ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਜਗ੍ਹਾ ਤੇ ਵੱਖ ਵੱਖ ਰੂਪ ਦੇ ਵਿੱਚ ਆਉਂਦਾ ਹੈ। ਅਸੀਂ ਸ਼ਬਦ ਲੈਣਾ ਸੋਰਠ ਰਾਗ ਦੇ ਵਿੱਚੋਂ ਤੇ ਇਹਦਾ ਇੱਕ ਦੂਜਾ ਰੂਪ ਮਾਰੂ ਰਾਗ ਦੇ ਵਿੱਚ ਵੀ ਹੈ, ਪਰ ਉੱਥੇ ਸ਼ਬਦ ਸੇਮ ਹੀ ਹੈ, ਲੇਕਿਨ ਥੋੜ੍ਹਾ ਥੋੜ੍ਹਾ ਸ਼ਬਦਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫੇਰ ਪਾਇਆ, ਫੇਰ ਬਦਲ ਕੀਤੀ ਹੈ, ਔਰ ਦੋ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਦੇ ਇਹ ਸ਼ਬਦ ਲਿਆ ਗਿਆ, ਇਹ ਚੇਤੇ ਰੱਖਣਾ। ਮਨੂ ਸਿਮਰਤੀ ਨੇ ਬਾਬਾ ਰਵਿਦਾਸ ਸਾਹਿਬ ਵਰਗੇ ਮਹਾਂਪੁਰਸ਼ਾਂ ਦਾ ਕਿੱਦਾਂ ਖਾਤਮਾ ਕਰਨ ਦੀ ਸੋਚੀ? ਇਗਜ਼ੈਂਪਲ ਪਹਿਲੀ ਲੈ ਲਓ, ਸ਼ੂਦਰ, ਇੱਕ ਇੱਦਾਂ ਦਾ ਸ਼ਬਦ ਹੈ ਹਿੰਦੁਸਤਾਨ ਦੀ ਧਰਤੀ ਉੱਤੇ ਪਲਿਆ ਹੋਇਆ, ਜਿਸ ਸ਼ਬਦ ਦੇ ਪਿਛਲੇ ਪਾਸੇ ਲੱਖਾਂ ਨਹੀਂ ਕਰੋੜਾਂ ਲੋਕਾਂ ਨੂੰ ਕਤਲ ਕੀਤਾ ਗਿਆ। ਸ਼ੂਦਰ ਉਹ ਲੋਕ ਅਖਵਾਏ ਜਿਨ੍ਹਾਂ ਲੋਕਾਂ ਨੂੰ ਇਸ ਸਮਾਜ ਨੇ ਇਸ ਧਰਤੀ ਉੱਤੇ ਭਾਰ ਸਮਝਿਆ ਤੇ ਇਹ ਸਮਝਿਆ ਵੀ ਇਹ ਲੋਕ ਜਿਉਣ ਦੇ ਵੀ ਲਾਇਕ ਨਹੀਂ ਤੇ ਸਾਡੀ ਸੇਵਾ ਵਾਸਤੇ ਪੈਦਾ ਹੋਏ ਨੇ। ਬ੍ਰਾਹਮਣ ਕੌਣ ਸਨ? ਜਿਹੜੇ ਬ੍ਰਹਮਾ ਦੇ ਮੂੰਹ ਤੋਂ ਪੈਦਾ ਹੋਏ ਕਹੇ ਜਾਂਦੇ ਸੀ ਉਹ ਬ੍ਰਾਹਮਣ ਸੀ। ਇਹ ਬਾਬਾ ਰਵਿਦਾਸ ਸਾਹਿਬ ਦੀ ਇੱਕ ਸਾਖੀ ਆਪਾਂ ਲਵਾਂਗੇ, ਉਹਦੇ ਵਿੱਚ ਖੁੱਲ੍ਹ ਕੇ ਵਿਚਾਰ ਨਾਲ ਕਰਾਂਗੇ। ਇੱਥੇ ਸੰਖੇਪ ਜੀ, ਖੱਤਰੀ ਕੌਣ ਸਨ? ਜਿਨ੍ਹਾਂ ਨੂੰ ਕਿਹਾ ਗਿਆ ਇਹ ਬ੍ਰਹਮਾ ਦੀਆਂ ਭੁਜਾਂ ਵਿੱਚੋਂ ਪੈਦਾ ਹੋਏ ਨੇ, ਬਾਹਾਂ ਦੇ ਵਿੱਚੋਂ ਪੈਦਾ ਹੋਏ ਨੇ। ਵੈਸ਼ ਕੌਣ ਸਨ? ਜਿਨ੍ਹਾਂ ਨੂੰ ਕਿਹਾ ਗਿਆ ਬ੍ਰਹਮਾ ਦੇ ਢਿੱਡ ਵਿੱਚੋਂ ਪੈਦਾ ਹੋਏ ਨੇ। ਸ਼ੂਦਰ ਕੌਣ ਸਨ? ਜਿਨ੍ਹਾਂ ਨੂੰ ਇਹ ਕਿਹਾ ਗਿਆ ਇਹ ਬ੍ਰਹਮਾ ਦੇ ਪੈਰਾਂ ਵਿੱਚੋਂ ਪੈਦਾ ਹੋਏ ਨੇ। ਤੇ ਪੈਰਾਂ ਚੋਂ ਪੈਦਾ ਹੋਣ ਵਾਲੇ ਜਿਹੜੇ ਸ਼ੂਦਰ ਸਨ ਕਰੋੜਾਂ ਦੀ ਗਿਣਤੀ ਦੇ ਵਿੱਚ ਸੀ। ਇਹਨਾਂ ਲੋਕਾਂ ਨੂੰ ਬਹੁਤ ਕੁੱਟਿਆ ਮਾਰਿਆ ਗਿਆ, ਇੱਥੋਂ ਤੱਕ ਕਿ ਇਹਨਾਂ ਦੀ ਕੋਈ ਇੱਜ਼ਤ ਨਹੀਂ ਸੀ ਸਮਝੀ ਜਾਂਦੀ, ਇੱਥੋਂ ਤੱਕ ਇਹਨਾਂ ਦੀਆਂ ਬਹੁ ਬੇਟੀਆਂ ਦੀ ਮਾਣ ਮਰਿਆਦਾ ਨਹੀਂ ਸੀ ਸਮਝੀ ਜਾਂਦੀ, ਇੱਥੋਂ ਤੱਕ ਕਿ ਇਹਨਾਂ ਦੇ ਕਿਸੇ ਘਰ ਘਾਟ ਨੂੰ ਘਰ ਘਾਟ ਨਹੀਂ ਸੀ ਸਮਝਿਆ ਜਾਂਦਾ, ਜਾਂ ਇੱਦਾਂ ਕਹਿ ਲਓ ਜਿਵੇਂ ਪਸ਼ੂ ਨੂੰ ਹੱਕ ਲਿਆ ਜਾਂਦਾ ਹੈ ਨਾ, ਇੱਦਾਂ ਸ਼ੂਦਰ ਨੂੰ ਹੱਕ ਲਿਆ ਜਾਂਦਾ ਸੀ, ਜਿਵੇਂ ਪਸ਼ੂਆਂ ਨੂੰ ਮਾਰਿਆ ਕੁੱਟਿਆ ਜਾਂਦਾ ਇੱਦਾਂ ਸ਼ੂਦਰਾਂ ਦੀ ਹਾਲਤ ਸੀ। ਔਰ ਇਹ ਵੱਡੀ ਗਿਣਤੀ ਦੇ ਵਿੱਚ ਉਸ ਟਾਈਮ ਕਤਲ ਕੀਤੇ ਜਾਂਦੇ ਰਹੇ, ਬੁਰਾ ਹਾਲ ਹੁੰਦਾ ਜਾਂਦਾ ਰਿਹਾ। ਫੋਰ ਐਗਜ਼ਾਮਪਲ, ਮਨੂ ਸਿਮਰਤੀ ਕਹਿੰਦੀ ਹੈ, ਮਨੂ ਜਿਹਨੂੰ ਕਿ ਇਹ ਲੋਕ ਇੱਕ ਰਿਸ਼ੀ ਮੰਨਦੇ ਹੈ, ਇੱਕ ਦੇਵਤਾ ਮੰਨਦੇ ਹੈ, ਇੱਕ ਬੜਾ ਵੱਡਾ ਬ੍ਰਹਮ ਗਿਆਨੀ ਮਹਾਂਪੁਰਸ਼ ਮੰਨਦੇ ਹੈ, ਤੇ ਜੇਕਰ ਅੱਜ ਦੇ ਸੂਝਵਾਨ ਲੋਕਾਂ ਨੂੰ ਪੁੱਛੀਏ ਤੇ ਉਹ ਕਹਿਣਗੇ ਇਹਦੇ ਤੋਂ ਭੈੜਾ ਬੰਦਾ ਮੂਰਖ ਇਨਸਾਨ ਦੁਨੀਆਂ 'ਚ ਹੋਣਾ ਹੀ ਕੋਈ ਨਹੀਂ, ਮਨੂ ਮਨੂ ਬੰਦਾ ਜਿਹੜਾ ਸੀ। ਔਰ ਮੈਂ ਬੜਾ ਉਸ ਟਾਈਮ ਖੁਸ਼ ਹੋਇਆ ਜਦੋਂ ਹਿੰਦੁਸਤਾਨ ਦੇ ਬੜੇ ਪੜ੍ਹੇ ਲਿਖੇ ਬੰਦੇ, ਉਹਨਾਂ ਦੇ ਵਰਗ ਦੇ ਬੰਦੇ ਇਹ ਗੱਲ ਕਹਿੰਦੇ ਸੁਣੇ ਗਏ ਕਿ ਮਨੂ ਸਿਮਰਤੀ ਨੂੰ ਅੱਗ ਲਾ ਦੇਣੀ ਚਾਹੀਦੀ ਹੈ, ਕਿਉਂਕਿ ਇਹਨੇ ਉਸ ਵਰਗ ਦਾ ਬੜਾ ਨੁਕਸਾਨ ਕੀਤਾ ਜਿਹੜਾ ਕਰੋੜਾਂ ਦੀ ਤਾਦਾਦ ਵਿੱਚ ਨੀਵੀਆਂ ਜਾਤਾਂ ਦਾ ਕਿਹਾ ਜਾਂਦਾ ਸੀ। ਕਹਿੰਦੇ ਨੇ ਜੇਕਰ ਕੋਈ ਸ਼ੂਦਰ ਕਦੇ ਧਰਮ ਦੀ ਗੱਲ ਕਹਿੰਦਾ ਹੋਇਆ ਸੁਣਿਆ ਜਾਏ, ਧਰਮ ਨੂੰ ਆਪਣਾ ਬਣਾ ਲਿਆ ਸੀ ਪਰਸਨਲ ਬੰਦੇ ਨੇ, ਬਾਬਾ ਰਵਿਦਾਸ ਸਾਹਿਬ ਏਡੇ ਕ੍ਰਾਂਤੀ ਕਰ ਰਹੇ ਸੀ, ਉਹਨਾਂ ਨੇ ਇੱਕ ਜਗ੍ਹਾ ਤੇ ਇੱਕ ਵਾਰੀ ਕਿਹਾ ਸੀ, ਕਹਿੰਦੇ ਨੇ ਆਪਣ ਬਾਬੇ ਨਾਹੀ ਕਿਸੇ ਕੋ ਭਾਵਣ ਕੋ ਹਰ ਰਾਜਾ। ਇਹਦਾ ਅਰਥ ਪਤਾ ਕੀ ਹੈ? ਕਹਿੰਦੇ ਨੇ ਰੱਬ ਕਿਸੇ ਬੰਦੇ ਦੇ ਪਿਓ ਦੀ ਨਿੱਜੀ ਜਾਇਦਾਦ ਨਹੀਂ, ਨਿੱਜੀ ਪ੍ਰੋਪਰਟੀ ਨਹੀਂ, ਆਪਣ ਬਾਬੇ ਨਾਹੀ ਕਿਸੇ ਕੋ
ਰੱਬ ਜਿਹੜਾ ਨਾ ਜਿਹਦੇ ਉੱਤੇ ਤੁਸੀਂ ਮੱਲਾਂ ਮਾਰੀਆਂ ਹੋਈਆਂ ਨੇ ਤੇ ਸਟੈਂਪ ਲਾਈ ਵੀ ਸਾਡਾ ਹੀ ਹੈ, ਇਹ ਕਿਸੇ ਬੰਦੇ ਦੇ ਪਿਓ ਦੀ ਪਰਸਨਲ ਜਾਇਦਾਦ ਨਹੀਂ। ਭਾਵਨ ਕੋਰ ਰਾਜਾ, ਪਰਮਾਤਮਾ ਜਿਹੜਾ ਨਾ ਉਹ ਤਾਂ ਭਾਵਨਾ ਦੇ ਨਾਲ ਪਿਆਰ ਕਰਦਾ, ਭਾਵ ਭਾਵਨਾ ਦਾ ਭੁੱਖਾ, ਪਿਆਰ ਦਾ ਭੁੱਖਾ, ਤੇ ਜਿਹੜਾ ਪਿਆਰ ਕਰਦਾ ਉਹਨੂੰ ਰੱਬ ਮਿਲ ਜਾਂਦਾ, ਤੇ ਉਹ ਤੁਹਾਡੇ ਪਿਓ ਦੀ ਜਾਇਦਾਦ ਨਹੀਂ, ਤੁਸੀਂ ਰੱਬ ਨੂੰ ਆਪਣਾ ਪਰਸਨਲ ਸਮਝਿਆ ਹੋਇਆ। ਕਹਿੰਦੇ ਨੇ ਜੇਕਰ ਕੋਈ ਨੀਵੀਂ ਜਾਤ ਵਾਲਾ ਸ਼ੂਦਰ ਇਨਸਾਨ ਧਰਮ ਦੀ ਗੱਲ ਕਹਿੰਦਾ ਹੋਇਆ ਸੁਣਿਆ ਜਾਏ, ਉਹਦੀ ਜ਼ਬਾਨ ਤੋਂ ਕਿਤੇ ਵੇਦ ਮੰਤਰ ਸੁਣੇ ਜਾਣ, ਤੇ ਪਤਾ ਕੀ ਕਰੋ, ਉਸ ਬੰਦੇ ਨੂੰ ਪਕੜੋ ਤੇ ਉਹਦੇ ਬੰਦੇ ਦੀ ਜ਼ਬਾਨ ਕੱਟ ਦਿਓ। ਪਹਿਲੀ ਸਜ਼ਾ, ਉਸ ਬੰਦੇ ਦੀ ਜ਼ਬਾਨ ਕੱਟ ਦਿਓ। ਤੇ ਜੇਕਰ ਫਿਰ ਵੀ ਨਾ ਹਟੇ, ਫਿਰ ਪਤਾ ਕੀ ਕਰਨਾ, ਜ਼ਬਾਨ ਕੱਟਣ ਤੋਂ ਬਾਅਦ ਵੀ ਜੇਕਰ ਉਹ ਅਜੇ ਵੀ ਕ੍ਰਾਂਤੀਕਾਰੀ ਰੂਪ ਦੇ ਵਿੱਚ ਹੈ, ਤੇ 10 ਉਂਗਲਾਂ ਲੋਹੇ ਦਾ ਇੱਕ ਕਿੱਲਾ ਲਓ, ਲੋਹੇ ਦਾ ਇੱਕ ਐਂਗਲ ਜਿਹਾ ਲੈ ਲਓ, ਤੇ ਉਸ ਨੂੰ ਚੰਗੀ ਤਰ੍ਹਾਂ ਲਾਲ ਕਰੋ ਅੱਗ ਦੇ ਵਿੱਚ। ਜਦੋਂ ਚੰਗੀ ਤਰ੍ਹਾਂ ਲਾਲ ਹੋ ਜਾਏ ਤੇ ਉਸ ਬੰਦੇ ਦੇ ਮੂੰਹ ਦੇ ਵਿੱਚ ਠੋਕ ਦਿਓ। ਕਿਹੜੇ ਬੰਦੇ ਦੇ? ਸ਼ੂਦਰ ਦੇ, ਨੀਵੀਂ ਜਾਤ ਵਾਲੇ ਦੇ, ਜਿਹੜਾ ਰੱਬ ਦੀ ਗੱਲ ਕਹਿੰਦਾ। ਜੇਕਰ ਕੋਈ ਆਪਣੇ ਕੰਨਾਂ ਦੇ ਨਾਲ ਸੁਣ ਲਏ ਵੇਦ ਮੰਤਰ, ਕੰਨਾਂ ਦੇ ਨਾਲ ਸੁਣ ਰਹੇ ਰੱਬ ਦੀ ਵਡਿਆਈ, ਕਦੇ ਵਿਚਾਰਾ ਮੰਦਿਰ ਦੇ ਕੋਲੋਂ ਗੁਜ਼ਰਦਾ ਤੇ ਕੰਨ 'ਚ ਗੱਲ ਪੈ ਜਾਏ, ਤੇ ਇਸ ਚੀਜ਼ ਦਾ ਪਤਾ ਲੱਗ ਜਾਂਦਾ ਸੀ ਜਦੋਂ ਬ੍ਰਾਹਮਣ ਨੂੰ ਕਿ ਮੰਦਿਰ ਦੇ ਕੋਲੋਂ ਵੀ ਕੋਈ ਸ਼ੂਦਰ ਨੀਵੀਂ ਜਾਤ ਵਾਲਾ ਲੰਘਿਆ, ਤੇ ਉਸੇ ਟਾਈਮ ਰਾਜੇ ਦੇ ਥਰੂ ਫਰਮਾਨ ਜਾਰੀ ਕਰਵਾ ਦਿੱਤਾ ਜਾਂਦਾ ਸੀ ਤੇ ਉਸ ਬੰਦੇ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ ਤੇ ਕੰਨ ਹੀ ਖਤਮ ਕਰ ਦਿਓ। ਇੱਥੋਂ ਤੱਕ ਇੱਕ ਸ਼ੂਦਰ ਫਿਲਮ ਬਣੀ ਸੀ ਪਿੱਛੇ ਜੇ, ਬੜੀ ਫੇਮਸ ਵੀ ਹੋਈ, ਉਹਦੇ ਵਿੱਚ ਇੱਥੋਂ ਤੱਕ ਵੇਖਣ ਨੂੰ ਮਿਲਿਆ ਵੀ ਇੱਕ ਛੋਟਾ ਜਿਹਾ ਬੱਚਾ ਓਮ ਨਮ ਸ਼ਿਵਾਏ ਇਹ ਗਾ ਰਿਹਾ ਸੀ, ਮੰਤਰ ਗਾ ਰਿਹਾ ਸੀ। ਉਸ ਪਿੰਡ ਦੇ ਵਿੱਚੋਂ ਦੀ ਇੱਕ ਬੜਾ ਵੱਡਾ ਆਪਣੇ ਆਪ ਦੇ ਵਿੱਚ ਕੋਈ ਮਹਾਂ ਰਿਸ਼ੀ ਭਾਵ ਕੋਈ ਮੂਰਖ ਲੰਘ ਰਿਹਾ ਸੀ, ਜਿਹੜਾ ਜਾਤ ਪਾਤ ਦਾ ਬੜਾ ਹਮਾਇਤੀ ਸੀ ਤੇ ਕਹਿੰਦਾ ਸੀ ਰੱਬ ਸਾਡਾ ਪਰਸਨਲ ਹੈ। ਉਹਦੇ ਕੰਨਾਂ ਦੇ ਵਿੱਚ ਇੱਕ ਬੱਚੇ ਦੀ ਆਵਾਜ਼ ਪੈ ਗਈ। ਉਹਨੂੰ ਪਤਾ ਸੀ ਜਿਹਨਾਂ ਦੀ ਇਹ ਬਸਤੀ ਹੈ ਗਰੀਬਾਂ ਦੀ ਹੈ ਤੇ ਨੀਵੀਂ ਜਾਤਾਂ ਜਾਤ ਵਾਲਿਆਂ ਦੀ ਹੈ। ਉਹਦੇ ਕੰਨਾਂ ਵਿੱਚ ਬੱਚੇ ਦੀ ਆਵਾਜ਼ ਪਈ, ਉਹਨੇ ਕਿਹਾ ਬੱਚਾ ਕੌਣ ਹੈ ਇਹ? ਮੈਨੂੰ ਇੱਦਾਂ ਲੱਗਦਾ ਜਿਵੇਂ ਸ਼ੂਦਰ ਹੈ। ਉਹਨਾਂ ਨੇ ਕਿਹਾ ਹਾਂ ਸ਼ੂਦਰ ਹੀ ਹੈ। ਉਹਨੇ 4-5 ਗਾਲਾਂ ਕੱਢੀਆਂ ਰਿਸ਼ੀ ਨੇ ਤੇ ਨਾਲੇ ਆਖਿਆ ਵੀ ਇਹ ਧਰਤੀ ਨਾਸ਼ ਹੋ ਜਾਏਗੀ ਕਿਉਂਕਿ ਇਸ ਧਰਤੀ ਉੱਤੇ ਸ਼ੂਦਰ ਓਮ ਨਮ ਸ਼ਿਵਾਏ ਪਏ ਕਰਦੇ ਨੇ। ਉਸ ਬੱਚੇ ਨਾਲ ਕੀ ਭਾਣਾ ਵਾਪਰਿਆ ਵੇਖ ਕੇ ਮੇਰੇ ਤੇ ਮੇਰਾ ਰੋਣ ਨਿਕਲ ਆਇਆ। ਫਿਲਮ ਹੈ, ਫਿਲਮ ਸੀ ਉਹ, ਪਰ ਅਸਲੀਅਤ ਦਿਖਾਈ ਉਸ ਟਾਈਮ ਦੀ। ਉਸ ਬੰਦੇ ਨੂੰ ਪਕੜਿਆ, ਬੱਚੇ ਨੂੰ ਪਕੜਿਆ, ਉਹਦੇ ਮਾਂ ਬਾਪ ਦੇ ਸਾਹਮਣੇ ਉਸ ਬੱਚੇ ਦੀ ਜ਼ੁਬਾਨ ਵੱਢ ਦਿੱਤੀ, ਬੱਚਾ ਤੜਪਦਾ ਮਰ ਗਿਆ। ਇਹ ਜਿਹੜਾ ਅਨਿਆ, ਇਹ ਜਿਹੜਾ ਅਤਿਆਚਾਰ, ਅਸੀਂ ਕਹਿੰਦੇ ਮੁਸਲਮਾਨਾਂ ਨੇ ਬੜਾ ਅਤਿਆਚਾਰ ਕੀਤਾ ਜੀ, ਮੁਗਲਾਂ ਨੇ ਬੜਾ ਅਤਿਆਚਾਰ ਕੀਤਾ ਜੀ, ਨਾਦਰ ਸ਼ਾਹ ਤੇ ਅਬਦਾਲੀਆਂ ਨੇ ਬੜਾ ਅਤਿਆਚਾਰ ਕੀਤਾ। ਮੈਂ ਕਹਿੰਦਾ ਵੀ ਜਿੰਨਾ ਅਤਿਆਚਾਰ ਬ੍ਰਾਹਮਣਾਂ ਨੇ ਕੀਤਾ ਨਾ ਹਿੰਦੁਸਤਾਨ ਦੇ ਉੱਤੇ ਗਰੀਬ ਲੋਕਾਂ ਦੇ ਉੱਤੇ, ਇੰਨਾ ਅਤਿਆਚਾਰ, ਕਿਉਂਕਿ ਇੱਕ ਧਾਰਮਿਕ ਅੱਤਵਾਦ ਸੀ ਉਸ ਟਾਈਮ, ਇਹ ਧਾਰਮਿਕ ਅੱਤਵਾਦ ਸੀ, ਔਰ ਧਾਰਮਿਕ ਅੱਤਵਾਦ ਨੇ ਗਰੀਬਾਂ ਨੂੰ ਬੜਾ ਕੁਚਲਿਆ, ਬੜਾ ਲਤਾੜਿਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਮੂਹਰੇ ਹੱਥ ਜੋੜੋ, ਸੀਸ ਨਵਾਓ, ਮਾਲਕ ਤੁਸੀਂ ਕਿਰਪਾ ਕਰਕੇ ਸਾਨੂੰ ਇਹਨਾਂ ਲੋਕਾਂ ਤੋਂ ਬਚਾਇਆ, ਖਹਿੜਾ ਹੀ ਨਹੀਂ ਛਡਾਇਆ, ਸਗੋਂ ਇਹਨਾਂ ਲੋਕਾਂ ਦੇ ਮੂਹਰੇ ਸਾਨੂੰ ਹਿੱਕ ਤਾਣ ਕੇ ਚੱਲਣ ਦੀ ਜਾਚ ਤੱਕ ਵੀ ਸਿਖਾ ਦਿੱਤੀ। ਕਿਉਂਕਿ ਜਿਹੜੇ ਕਹਿੰਦੇ ਸੀ ਧਰਮ ਦੀ ਗੱਲ ਤੁਸੀਂ ਕਹਿ ਨਹੀਂ ਸਕਦੇ, ਸੁਣ ਹੀ ਨਹੀਂ ਸਕਦੇ। ਇੱਕੋ ਐਗਜ਼ਾਮਪਲ ਮੈਂ ਤੁਹਾਨੂੰ ਹੋਰ ਦੇਣ ਲੱਗਾ, ਰਾਮਚੰਦਰ ਜੀ ਦਾ ਰਾਜ ਸੀ, ਜਿਹਨਾਂ ਨੂੰ ਅਸੀਂ ਮਰਯਾਦਾ ਪੁਰਸ਼ੋਤਮ ਵੀ ਕਹਿੰਦੇ ਨੇ ਹਿੰਦੁਸਤਾਨ ਦੇ ਲੋਕ ਕਹਿੰਦੇ ਆ, ਗੁਰਬਾਣੀ ਦੇ ਵਿੱਚ ਤਾਂ ਉਹਨਾਂ ਨੂੰ ਕੇਵਲ ਇੱਕ ਰਾਜਾ ਮੰਨਿਆ ਗਿਆ। ਖੈਰ ਮੈਂ ਉਸ ਪਾਸੇ ਨਾ ਜਾਵਾਂ। ਜਦੋਂ ਉਹਨਾਂ ਦਾ ਰਾਜ ਸੀ, ਉਹਨਾਂ ਦੇ ਰਾਜ ਦੇ ਵਿੱਚ ਇੱਕ ਸ਼ੰਭੂਕ ਨਾਮ ਦਾ ਗਰੀਬ ਸ਼ੂਦਰ, ਉਹ ਰੱਬ ਰੱਬ ਪਿਆ ਕਰਦਾ ਸੀ, ਪਰਮਾਤਮਾ ਦੀ ਗੱਲ ਪਿਆ ਕਰਦਾ ਸੀ। ਉਹਨਾਂ ਦਿਨਾਂ ਵਿੱਚ ਕੁਦਰਤੀ ਇੱਕ ਬ੍ਰਾਹਮਣ ਦਾ ਲੜਕਾ ਮਰ ਗਿਆ,
ਬ੍ਰਾਹਮਣਾਂ ਨੇ ਆਪਣਾ ਲੜਕਾ ਚੱਕਿਆ ਤੇ ਰਾਮ ਚੰਦਰ ਦੇ ਘਰ ਦੇ ਮੂਹਰੇ ਜਾ ਕੇ ਬਹਿ ਕੇ ਰੋਣਾ ਪਿੱਟਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਰਾਮ ਚੰਦਰ ਜੀ ਕਹਿੰਦੇ ਵੀ ਕੀ ਹੋਇਆ? ਉਹ ਕਹਿੰਦੇ ਵੀ ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਰਾਜੇ ਹੋ, ਤੁਹਾਡੇ ਰਾਜ ਦੇ ਵਿੱਚ ਅਤਿਆਚਾਰ ਹੋ ਰਿਹਾ ਕੀ? ਉਹ ਕਹਿੰਦੇ ਨੇ ਇੱਕ ਸ਼ੂਦਰ ਭਗਤੀ ਕਰ ਰਿਹਾ ਤੇ ਅੱਜ ਬ੍ਰਾਹਮਣ ਦਾ ਇੱਕ ਮੁੰਡਾ ਮਰਿਆ ਹੈ, ਕੱਲ ਨੂੰ ਕੋਈ ਹੋਰ ਸ਼ੂਦਰ ਭਗਤੀ ਕਰੇਗਾ ਸਾਡੇ ਬ੍ਰਾਹਮਣਾਂ ਦੀਆਂ ਕੁੱਲਾਂ ਨਾਸ਼ ਹੋ ਜਾਣਗੀਆਂ। ਸ਼ੂਦਰਾਂ ਦੇ ਭਗਤੀ ਕਰਨ ਕਰਕੇ ਕਿਸੇ ਦੇ ਗਰੀਬ ਦੇ ਵਾਹਿਗੁਰੂ ਕਹਿਣ ਦੇ ਨਾਲ ਕਿਸੇ ਬੰਦੇ ਦੂਜੇ ਦੇ ਢਿੱਡ 'ਚ ਕਿੱਦਾਂ ਪੀੜ ਹੋ ਸਕਦੀ? ਕਹਿੰਦੇ ਨੇ ਉਸ ਟਾਈਮ ਰਾਮ ਚੰਦਰ ਜੀ ਉੱਠੇ, ਜਿੱਥੇ ਉਹ ਸ਼ੰਭੂਕ ਭਗਤੀ ਪਿਆ ਕਰਦਾ ਸੀ ਉੱਥੇ ਜਾ ਕੇ ਪਹੁੰਚੇ। ਉਹਨਾਂ ਦੇ ਹੱਥ ਵਿੱਚ ਤਲਵਾਰ ਸੀ ਤੇ ਸ਼ੰਭੂਕ ਨੇ ਵੀ ਦੇਸ਼ ਦਾ ਰਾਜਾ ਹੈ ਆਪਣਾ ਸੀਸ ਨਵਾਇਆ ਤੇ ਉਹਨਾਂ ਨੇ ਚੱਕ ਕੇ ਤਲਵਾਰ ਨਾਲ ਸਿਰ ਲਾ ਕੇ ਉਹ ਪਰਲੇ ਪਾਸੇ ਮਾਰਿਆ। ਉਹਨਾਂ ਨੂੰ ਅਸੀਂ ਅਵਤਾਰ ਕਹਿੰਦੇ ਹਾਂ, ਉਹਨਾਂ ਨੂੰ ਅਸੀਂ ਪੈਗੰਬਰ ਦਾ ਵੀ ਰੂਪ ਦਿੰਦੇ ਹਾਂ ਵੀ ਰੱਬ ਸੀ ਉਹ। ਪਰ ਪਰਮਾਤਮਾ ਤਾਂ ਇੱਦਾਂ ਤਾਂ ਨਹੀਂ ਹੁੰਦਾ, ਪਰਮਾਤਮਾ ਕਿੱਦਾਂ ਤਾਂ ਹੁੰਦਾ ਹੈ? ਗੁਰਬਾਣੀ ਵਿੱਚੋਂ ਵੇਖੋ, ਸੱਚੇ ਪਾਤਸ਼ਾਹ ਜੀ ਕਹਿੰਦੇ ਰੱਬ ਦਾ ਪਤਾ ਕੀ ਸੁਭਾਅ, ਤੂੰ ਮੇਰਾ ਪਿਤਾ, ਪੜ੍ਹਿਓ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਇੱਥੇ ਗੁਰੂ ਨਾਨਕ ਸਾਹਿਬ ਨੂੰ ਵੇਖ ਲਓ, ਉਹਨਾਂ ਦੀ ਸੋਚ ਵੇਖ ਲਓ। ਭਾਈ ਮਰਦਾਨਾ ਜੀ 50 ਸਾਲ ਤੋਂ ਜ਼ਿਆਦਾ ਗੁਰੂ ਨਾਨਕ ਸਾਹਿਬ ਨਾਲ ਰਹੇ, ਉਹ ਭਾਈ ਮਰਦਾਨਾ ਜਿਹਨਾਂ ਨੂੰ ਲੋਕ ਮਰਾਸੀ ਕਹਿ ਕੇ, ਡੂਮ ਕਹਿ ਕੇ ਭੰਡਦੇ ਸੀ ਤੇ ਗੁਰੂ ਨਾਨਕ ਸਾਹਿਬ ਪਿਆਰ ਨਾਲ ਕਿਹਾ ਕਰਦੇ ਸਨ, ਮਰਦਾਨਿਆ ਤੂੰ ਮੇਰਾ ਭਾਈ ਹੈ, ਤੂੰ ਮੇਰਾ ਭਰਾ ਹੈ, ਇੰਨਾ ਪਿਆਰ। ਖੈਰ ਮੈਂ ਤਾਂ ਛੋਟੀ ਜਿਹੀ ਇਹ ਗੱਲ ਕੀਤੀ ਆਪ ਜੀ ਨਾਲ ਕਿ ਇਹ ਉਹ ਟਾਈਮ ਸੀ ਜਿਸ ਟਾਈਮ ਬਾਬਾ ਰਵਿਦਾਸ ਸਾਹਿਬ ਵਰਗੀਆਂ ਸ਼ਖਸੀਅਤਾਂ ਪੈਦਾ ਹੋਈਆਂ ਬਨਾਰਸ ਦੀ ਧਰਤੀ ਦੇ ਉੱਤੇ, ਕਿਉਂਕਿ ਜਿਹੜਾ ਬ੍ਰਾਹਮਣ ਸੱਭਿਆਚਾਰ ਤੇ ਬ੍ਰਾਹਮਣ ਦੀ ਸੋਚ ਨੂੰ ਜ਼ਿਆਦਾ ਜੇਕਰ ਅਪਡੇਟ ਵਾਰ ਵਾਰ ਕੀਤਾ ਜਾਂਦਾ ਰਿਹਾ ਤੇ ਉਹ ਬਨਾਰਸ ਸੀ, ਜਿਹਨੂੰ ਕਾਂਸ਼ੀ ਆਖਿਆ ਜਾਂਦਾ, ਜਿਹਨੂੰ ਵਾਰਾਨਸੀ ਆਖਿਆ ਜਾਂਦਾ। ਬਨਾਰਸ ਦੀ ਧਰਤੀ ਨੂੰ ਬੜਾ ਪਵਿੱਤਰ ਵੀ ਮੰਨਿਆ ਗਿਆ ਔਰ ਉਸ ਧਰਤੀ ਦੇ ਉੱਤੇ ਇਹ ਦੋ ਮਹਾਂਪੁਰਸ਼ ਪੈਦਾ ਹੋਏ ਨੇ ਜਿਹਨਾਂ ਨੇ ਜ਼ਿਆਦਾ ਕ੍ਰਾਂਤੀ ਲਿਆਂਦੀ, ਇੱਕ ਬਾਬਾ ਕਬੀਰ ਸਾਹਿਬ, ਇੱਕ ਬਾਬਾ ਰਵਿਦਾਸ ਜੀ।